ਭਾਈ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਕੀ ਹਾਲ ਹੈ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੀ ਹੋਵੋਗੇ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਚੈਨਲ 'ਤੇ, ਜਿਹਦਾ ਨਾਮ ਹੈ ਜੀ ਪੱਕੇ ਯੂਰਪ ਵਾਲੇ। ਗੱਲਬਾਤ ਕਰਾਂਗੇ ਅੱਜ ਆਪਾਂ ਸਰਬੀਆ ਦੇ ਰਿਲੇਟਡ ਹੀ। ਜਿਹੜੇ ਵੀਰ ਸਰਬੀਆ ਆ ਜਾਂਦੇ, ਉਹਨਾਂ ਨੂੰ ਐਂਟਰੀ ਮਿਲ ਜਾਂਦੀ ਆ, ਉੱਥੋਂ ਅੱਗੇ ਜਾਂਦੇ ਸਮੇਂ ਉਹਨਾਂ ਦੇ ਨਾਲ ਕੀ ਹੋ ਸਕਦਾ ਵਾ, ਕੀ ਉਹ ਹੋ ਸਕਦੇ ਡਿਪੋਰਟ ਉੱਥੋਂ, ਜੇਕਰ ਤੁਸੀਂ ਇਨਲੀਗਲ ਹੋ ਜਾਂਦੇ ਸਰਬੀਆ ਦੇ ਵਿੱਚ ਬਾਈ ਚਾਂਸ। ਜੇਕਰ ਤੁਹਾਡੀ ਆਈਡੈਂਟੀ ਇਮੀਗ੍ਰੇਸ਼ਨ ਜਾਂ ਫਿਰ ਪੁਲਿਸ ਦੇ ਕੋਲ ਪਹੁੰਚ ਜਾਂਦੀ ਹੈ ਤਾਂ ਤੁਸੀਂ ਹੋ ਸਕਦੇ ਡਿਪੋਰਟ। ਇਸ ਦੇ ਰਿਲੇਟਡ ਗੱਲਬਾਤ ਕਰਾਂਗੇ। ਅਤੇ ਰਿਕੁਐਸਟ ਆ ਜਿਹੜੇ ਵੀਰ ਚੈਨਲ 'ਤੇ ਨਵੇਂ ਬਣੇ ਆ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਤੁਹਾਡੀ ਇਨਫੋਰਮੇਸ਼ਨ ਦੇ ਲਈ ਦੱਸ ਦਈਏ ਕਿ ਆਪਾਂ ਇਸ ਚੈਨਲ 'ਤੇ ਯੂਰਪ ਦੇ ਰਿਲੇਟਡ ਕਿਸੇ ਵੀ ਕੰਟਰੀ ਦੇ ਰਿਲੇਟਿਵ, ਸ਼ੈਂਗਨ ਵੀਜ਼ਾ ਹੋ ਗਿਆ ਜਾਂ ਫਿਰ ਸਰਬੀਆ ਦੇ ਰਿਲੇਟਡ ਅਤੇ ਜਾਂ ਫਿਰ ਵਰਕ ਪਰਮਿਟ ਦੇ ਰਿਲੇਟਡ ਆਪਾਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਪਲੀਜ਼ ਚੈਨਲ 'ਤੇ ਬਣੇ ਰਿਹਾ ਕਰੋ, ਸਬਸਕ੍ਰਾਈਬ ਕਰ ਲਿਆ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੀ ਇਨਫੋਰਮੇਸ਼ਨ ਹਰ ਇੱਕ ਤੱਕ ਪਹੁੰਚ ਸਕੇ। ਅਤੇ ਚਲੋ ਜੀ ਸਟਾਰਟ ਕਰਦੇ ਹਾਂ। ਜਿਹੜੇ ਵੀਰ ਸਰਬੀਆ ਆਉਣਾ ਚਾਹੁੰਦੇ ਨੇ ਜਾਂ ਉਹ ਆ ਚੁੱਕੇ ਆ, ਸਭ ਤੋਂ ਪਹਿਲਾਂ ਉਹਨਾਂ ਨੂੰ ਥੋੜ੍ਹਾ ਜਿਹਾ ਦੱਸਦੇ ਹਾਂ। ਜਿਹੜੇ ਵੀਰ 'ਤੇ ਆਉਣਾ ਚਾਹੁੰਦੇ ਸਰਬੀਆ, ਉਹਨਾਂ ਦੇ ਲਈ ਤਾਂ ਪਹਿਲਾਂ ਵੀਡੀਓਜ਼ ਆਪਾਂ ਬਣਾ ਚੁੱਕੇ ਹਾਂ ਕਿ ਕਿੱਦਾਂ ਆ ਸਕਦੇ, ਕਿੱਦਾਂ ਐਂਟਰੀ ਮਿਲਦੀ ਹੈ ਜਾਂ ਲੈ ਸਕਦੇ ਤੁਸੀਂ ਇੰਡੀਆ ਤੋਂ। ਜੇਕਰ ਫਰੈਸ਼ ਪਾਸਪੋਰਟ 'ਤੇ ਵੀ ਆਉਣਾ ਤਾਂ ਕਿੱਦਾਂ ਆ ਸਕਦੇ, ਕਿੱਦਾਂ ਐਂਟਰੀ ਲੈ ਸਕਦੇ, ਉਹਦੇ ਰਿਲੇਟਡ ਵੀਡੀਓਜ਼ ਬਣਾਈਆਂ ਨੇ ਆਪਾਂ, ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ, ਉੱਥੇ ਤੁਸੀਂ ਜਾ ਕੇ ਉਹ ਦੇਖ ਸਕਦੇ ਜੋ। ਅਤੇ ਹੁਣ ਗੱਲ ਕਰਦੇ ਹਾਂ, ਜੇਕਰ ਤੁਹਾਨੂੰ ਸਰਬੀਆ ਐਂਟਰੀ ਮਿਲ ਜਾਂਦੀ ਹੈ, ਤੁਹਾਨੂੰ ਇੱਕ ਮਹੀਨੇ ਦੀ ਸਟੰਪ ਲੱਗ ਜਾਂਦੀ ਹੈ। ਜਿਹੜੇ ਵੀਰ ਵੀਜ਼ਾ ਔਨ ਅਰਾਈਵਲ 'ਤੇ ਸਰਬੀਆ ਆਉਂਦੇ ਨੇ, ਉਹਨਾਂ ਨੂੰ ਇੱਕ ਮਹੀਨੇ ਦੀ ਸਟੰਪ ਲੱਗਦੀ, ਇੱਕ ਮਹੀਨੇ ਉਹ ਸਟੇਅ ਕਰ ਸਕਦੇ ਆ ਸਰਬੀਆ ਦੇ ਵਿੱਚ ਲੀਗਲੀ। ਜੇਕਰ ਉਹ ਇੱਕ ਮਹੀਨੇ ਤੋਂ ਜ਼ਿਆਦਾ ਟਾਈਮ ਰਹਿੰਦੇ ਆ ਸਰਬੀਆ ਦੇ ਵਿੱਚ, ਤਾਂ ਫਿਰ ਇੱਕ ਮਹੀਨੇ ਬਾਅਦ ਉਹ ਇਨਲੀਗਲ ਹੋ ਜਾਂਦੇ ਆ, ਬੇਸ਼ੱਕ ਤੁਹਾਡੇ ਪਾਸਪੋਰਟ 'ਤੇ ਸਟੰਪ ਆ ਅਤੇ ਜਾਂ ਫਿਰ ਤੁਹਾਡੇ ਕੋਲੋਂ ਪਾਸਪੋਰਟ ਵੀ ਤੁਹਾਡੇ ਕੋਲ ਹੈ, ਫਿਰ ਵੀ ਤੁਸੀਂ ਇਨਲੀਗਲ ਹੋ ਜਾਂਦੇ ਸਰਬੀਆ ਦੇ ਵਿੱਚ, ਜੇਕਰ ਤੁਸੀਂ ਇੱਕ ਮਹੀਨੇ ਦੇ ਵਿੱਚ ਵਾਪਸ ਆਪਣੀ ਕੰਟਰੀ ਜਾਂ ਫਿਰ ਅੱਗੇ ਕੋਈ ਹੋਰ ਡੈਸਟੀਨੇਸ਼ਨ 'ਤੇ ਨਹੀਂ ਜਾਂਦੇ। ਅਤੇ ਨੈਕਸਟ ਗੱਲ ਕਰਦੇ ਹਾਂ, ਜੇਕਰ ਸਰਬੀਆ ਦੇ ਵਿੱਚ ਤੁਸੀਂ ਰਹਿੰਦੇ ਜੋ ਇੱਕ ਮਹੀਨੇ ਤੋਂ ਉੱਪਰ, ਤੁਹਾਨੂੰ ਹੋ ਜਾਂਦੇ ਆ ਸਰਬੀਆ ਦੇ ਵਿੱਚ, ਤੁਸੀਂ ਅੱਗੇ ਕਿਤੇ ਨਿਕਲਣ ਦੀ ਟਰਾਈ ਕਰਦੇ ਜੋ ਸਰਬੀਆ ਤੋਂ, ਅਤੇ ਜੇਕਰ ਬਾਈ ਚਾਂਸ ਉੱਥੋਂ ਤੁਸੀਂ ਨਹੀਂ ਨਿਕਲ ਪਾਉਂਦੇ, ਤਾਂ ਕੀ ਤੁਸੀਂ ਉੱਥੋਂ ਹੋ ਸਕਦੇ ਡਿਪੋਰਟ ਸਰਬੀਆ ਦੇ ਵਿੱਚ। ਓਵਰ ਸਟੇ ਹੋਣ ਜਾਣ ਤੋਂ ਬਾਅਦ ਵੀ ਤੁਹਾਡੇ ਕੋਲ ਆਪਸ਼ਨ ਹੁੰਦੀ ਆ, ਜੇ ਤੁਸੀਂ ਆਪਣੀ ਕੰਟਰੀ ਵਾਪਸ ਜਾਣਾ ਚਾਹੁੰਦੇ ਜੋ ਇੱਕ ਮਹੀਨੇ ਤੋਂ ਬਾਅਦ, ਦੋ ਚਾਰ ਦਿਨ ਉੱਪਰ ਵੀ ਹੋ ਜਾਂਦੇ ਆ, ਇੱਕ ਮਹੀਨਾ ਵੀ ਉੱਪਰ ਹੋ ਜਾਂਦਾ ਵਾ, ਤਾਂ ਵੀ ਤੁਸੀਂ ਆਪਣੀ ਹੋਮ ਕੰਟਰੀ ਵਾਪਸ ਜਾ ਸਕਦੇ ਹੋ ਜੇਕਰ ਤੁਹਾਡੇ ਕੋਲ ਪਾਸਪੋਰਟ ਹੈ ਤਾਂ। ਬਟ ਉਹਦੇ ਜਦੋਂ ਤੁਸੀਂ ਉੱਥੋਂ ਵਾਪਸ ਜਾਣਾ ਵਾ, ਉਹਦੇ ਲਈ ਤੁਹਾਨੂੰ ਕੁਛ ਜਿਹੜਾ ਚਾਰਜ ਆ ਉਹ ਪੇ ਕਰਨਾ ਪੈਣਾ ਵਾ, ਜੋ ਕਿ ਜੁਰਮਾਨਾ ਹੁੰਦਾ ਵਾ, ਉਹ ਤੁਹਾਨੂੰ ਪੇ ਕਰਕੇ ਅਤੇ ਫਿਰ ਹੀ ਵਾਪਸ ਇੰਡੀਆ ਜਾਣ ਦੇਣਗੇ। ਉਹਦੇ ਵਿੱਚ ਕੋਈ ਪਾਸਪੋਰਟ 'ਤੇ ਤੁਹਾਡੀ ਡਿਪੋਰਟ ਦੀ ਸਟੰਪ ਨਹੀਂ ਲੱਗੇਗੀ। ਅੱਗੇ ਗੱਲ ਕਰਦੇ ਹਾਂ, ਜੇਕਰ ਤੁਸੀਂ ਸਰਬੀਆ ਦੇ ਵਿੱਚ ਰਹਿੰਦੇ ਜੋ ਇਨਲੀਗਲ ਹੋ ਜਾਂਦੇ ਜੋ ਉੱਥੇ, ਅਤੇ ਬਾਈ ਚਾਂਸ ਜੇਕਰ ਤੁਹਾਨੂੰ ਇਮੀਗ੍ਰੇਸ਼ਨ ਫੜਦੀ ਹੈ ਤਾਂ ਤੁਹਾਨੂੰ ਕਰ ਸਕਦੀ ਹੈ ਡਿਪੋਰਟ, ਜੇਕਰ ਤੁਹਾਡੇ ਕੋਲ ਤੁਹਾਡੀ ਆਈਡੈਂਟੀ ਜਾਂ ਫਿਰ ਪਾਸਪੋਰਟ ਮਿਲ ਜਾਂਦਾ ਵਾ। ਅਤੇ ਜੇਕਰ ਤੁਸੀਂ ਸਰਬੀਆ ਦੇ ਵਿੱਚ ਇਸ ਤਰ੍ਹਾਂ ਇਲੀਗਲ ਕਿਤੇ ਵੀ ਫੜੇ ਜਾਂਦੇ ਜੋ, ਤੁਹਾਡੇ ਕੋਲ ਪਾਸਪੋਰਟ ਹੁੰਦਾ ਤੁਹਾਡਾ, ਉਹਦੇ 'ਤੇ ਤੁਹਾਡੀ ਸਟੰਪ ਲੱਗੀ ਹੁੰਦੀ ਹੈ, ਬਟ ਤੁਸੀਂ ਜਿਹੜਾ ਓਵਰ ਸਟੇ ਹੁੰਦੇ ਜੋ, ਇਸ ਸਿਚੁਏਸ਼ਨ ਵਿੱਚ ਤੁਹਾਨੂੰ ਸਰਬੀਆ ਜਿਹੜਾ ਡਿਪੋਰਟ ਨਹੀਂ ਕਰਦਾ। ਜੇਕਰ ਤੁਹਾਡੇ ਕੋਲ ਤੁਹਾਡੀ ਕੋਈ ਆਈਡੈਂਟੀ ਵੀ ਹੈ, ਉਹ ਤੁਹਾਡੇ ਫਿੰਗਰ ਲੈ ਕੇ ਜਿਹੜੇ ਆ ਅਤੇ ਤੁਹਾਨੂੰ ਉਹ ਛੱਡ ਦੇਣਗੇ ਉੱਥੇ ਹੀ ਸਰਬੀਆ ਦੇ ਵਿੱਚ, ਤੁਹਾਡੀ ਮਰਜ਼ੀ ਤੋਂ ਬਿਨਾਂ ਉਹ ਡਿਪੋਰਟ ਜਿਹੜਾ ਨਹੀਂ ਕਰਦੇ ਉੱਥੋਂ। ਇਸ ਤੋਂ ਪਹਿਲਾਂ ਇੱਕ ਇਹ ਵੀ ਗੱਲ ਆ ਜਾਂਦੀ ਆ ਕਿ ਜਦੋਂ ਤੁਸੀਂ ਸਰਬੀਆ ਦੇ ਵਿੱਚ ਪਹਿਲੀ ਵਾਰ ਆਉਂਦੇ ਜੋ, ਅਤੇ ਉਦੋਂ ਫਸਟ ਟਾਈਮ ਤੁਹਾਨੂੰ ਉਹ ਡਿਪੋਰਟ ਕਰ ਸਕਦੇ ਏਅਰਪੋਰਟ ਤੋਂ, ਜੇਕਰ ਤੁਸੀਂ ਇਮੀਗ੍ਰੇਸ਼ਨ ਕਲੀਅਰ ਨਹੀਂ ਕਰਦੇ, ਉਹਨਾਂ ਦੇ ਕੁਐਸਚਨ ਦੇ ਆਂਸਰ ਉਹਨਾਂ ਨੂੰ ਨਹੀਂ ਕਲੀਅਰ ਕਰਦੇ, ਫਿਰ ਤੁਸੀਂ ਉੱਥੋਂ ਏਅਰਪੋਰਟ ਤੋਂ ਡਾਇਰੈਕਟ ਇੰਡੀਆ ਡਿਪੋਰਟ ਹੋ ਸਕਦੇ ਜੋ। ਬਟ ਜਦੋਂ ਤੁਹਾਡੀ ਇਮੀਗ੍ਰੇਸ਼ਨ ਇੱਕ ਵਾਰ ਕਲੀਅਰ ਹੋ ਜਾਂਦੀ ਹੈ ਸਰਬੀਆ ਦੇ ਵਿੱਚ, ਬੇਸ਼ੱਕ ਤੁਸੀਂ ਵਿਦ ਪਾਸਪੋਰਟ ਪਰੂਫ, ਵਿਦ ਆਪਣੀ ਆਈਡੈਂਟੀ, ਕੋਈ ਵੀ ਨੈਸ਼ਨੈਲਿਟੀ ਹੋਵੇ ਤੁਹਾਡੇ ਕੋਲ, ਚਾਹੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੋਂ ਕੋਈ ਵੀ ਵੀਰ ਹੋਵੇ, ਉਦੋਂ ਉਹ ਜਿਹੜਾ ਵਾ ਡਿਪੋਰਟ ਨਹੀਂ ਕਰਦਾ ਸਰਬੀਆ ਡਾਇਰੈਕਟ ਤੁਹਾਡੀ ਮਰਜ਼ੀ ਤੋਂ ਬਿਨਾਂ। ਹਾਂ, ਜੇਕਰ ਤੁਸੀਂ ਕਹੋ ਕਿ ਅਸੀਂ ਆਪਣੀ ਹੋਮ ਕੰਟਰੀ ਵਾਪਸ ਜਾਣਾ ਵਾ, ਅਤੇ ਤੁਹਾਨੂੰ ਉਹ ਫਿਰ ਵਾਪਸ ਭੇਜ ਸਕਦੇ ਆ। ਜੇਕਰ ਤੁਸੀਂ ਆਪਣੇ ਖਰਚੇ 'ਤੇ ਜਾਣਾ ਵਾ, ਤਾਂ ਤੁਹਾਨੂੰ ਜਿਹੜਾ ਵਾ ਓਵਰ ਸਟੇ ਦਾ ਚਾਰਜ ਓਵਰ ਸਟੇ ਦਾ ਪੇ ਕਰਕੇ ਜਾਣਾ ਪਊਗਾ। ਬਟ ਜੇਕਰ ਤੁਸੀਂ ਸਰਬੀਆ ਦੇ ਖਰਚੇ 'ਤੇ ਜਾਣਾ ਵਾ, ਵੀ ਤੁਸੀਂ ਚਾਹੁੰਦੇ ਜੋ ਕਿ ਉਹ ਟਿਕਟ ਕਰਵਾ ਕੇ ਦੇਣ, ਸਾਡੇ ਕੋਲ ਇੰਨਾ ਖਰਚਾ ਨਹੀਂ ਹੈਗਾ, ਅਤੇ ਉਹ ਵੀ ਸਰਬੀਆ ਜਿਹੜਾ ਤੁਹਾਨੂੰ ਉੱਥੋਂ ਵਾਪਸ ਭੇਜ ਦਿੰਦਾ ਵਾ ਆਪਣੇ ਖਰਚੇ 'ਤੇ, ਟਿਕਟ ਆਪਣੇ ਕੋਲੋਂ ਖਰਚ ਕੇ ਉਹ ਤੁਹਾਨੂੰ ਵਾਪਸ ਤੁਹਾਡੀ ਹੋਮ ਕੰਟਰੀ ਭੇਜ ਸਕਦੇ ਆ। ਅਤੇ ਇਹਦੇ ਵਿੱਚ ਬਟ ਥੋੜ੍ਹਾ ਜਿਹਾ ਟਾਈਮ ਲੱਗਦਾ ਵਾ, ਦੋ ਤਿੰਨ ਮਹੀਨੇ ਦਾ ਕੋਈ ਪ੍ਰੋਸੈਸ ਹੁੰਦਾ ਵਾ ਉਹਨਾਂ ਦਾ,
ਉਹਦੇ ਮੁਤਾਬਿਕ ਤੁਹਾਨੂੰ ਜਿਹੜਾ ਵਾਪਸ ਤੁਹਾਡੀ ਹੋਮ ਕੰਟਰੀ ਦੇ ਵਿੱਚ ਸੇਫਲੀ ਪਹੁੰਚਾ ਦਿੱਤਾ ਜਾਂਦਾ ਵਾ। ਇਹ ਇਸ ਤੋਂ ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ ਸਰਬੀਆ ਦੇ ਵਿੱਚ ਇਨਲੀਗਲ ਬਾਰਡਰ ਕ੍ਰੋਸ ਕਰਦੇ ਹੀ, ਜਿਵੇਂ ਕਿ ਕਿਸੇ ਨੇ ਸਰਬੀਆ ਤੋਂ ਅੱਗੇ ਹੰਗਰੀ ਜਾਣਾ ਵਾ ਜਾਂ ਰੁਮਾਨੀਆ ਜਾਂ ਆਇਆ ਬੋਸਨੀਆ ਅੱਗੇ ਇਟਲੀ ਸਪੇਨ ਜਾਣਾ ਵਾ, ਅਤੇ ਉਹ ਸਰਬੀਆ ਦੇ ਵਿੱਚ ਕ੍ਰੋਸ ਕਰਨ ਸਮੇਂ ਫੜੇ ਜਾਂਦੇ ਆ ਕਿਤੇ ਨਾ ਕਿਤੇ। ਅਤੇ ਇਸ ਹਾਲਾਤ ਵਿੱਚ ਜੇਕਰ ਤੁਹਾਡੇ ਕੋਲ ਕੋਈ ਆਇਡੈਂਟੀ ਹੁੰਦੀ ਆ ਤਾਂ ਉਹ ਤੁਹਾਡੇ ਨਾਲ ਕੀ ਕਰ ਸਕਦੇ ਆ, ਕਿ ਉਹ ਤੁਹਾਨੂੰ ਡਿਪੋਰਟ ਕਰ ਸਕਦੇ ਆ ਸਰਬੀਆ ਤੋਂ ਸਿੱਧਾ ਇੰਡੀਆ ਜਾਂ ਨਹੀਂ। ਇਸ ਹਾਲਾਤਾਂ ਵਿੱਚ ਜੇਕਰ ਸਰਬੀਆ ਦੇ ਵਿੱਚ ਹੀ ਤੁਹਾਨੂੰ ਸਰਬੀਅਨ ਪੁਲਿਸ ਫੜ ਲੈਂਦੀ ਆ, ਉਸ ਸਮੇਂ ਤੁਹਾਡੀ ਤਲਾਸ਼ੀ ਹੁੰਦੀ ਆ ਅਤੇ ਤੁਹਾਡੇ ਕੋਲ ਕੋਈ ਆਇਡੈਂਟੀ ਇੰਡੀਆ ਦੀ ਜਾਂ ਕੋਈ ਵੀ ਮਿਲ ਜਾਂਦੀ ਆ, ਅਤੇ ਇਸ ਹਾਲਾਤ ਵਿੱਚ ਤੁਹਾਨੂੰ ਜਿਹੜਾ ਤਾਂ ਵੀ ਸਰਬੀਆ ਡਿਪੋਰਟ ਨਹੀਂ ਕਰਦਾ, ਤੁਹਾਨੂੰ ਫੜ ਕੇ ਜਿਹੜਾ ਵਾ ਜਾਂ ਫਿਰ ਉਹ ਕੈਂਪ ਛੱਡ ਦੇਣਗੇ, ਅਤੇ ਜਾਂ ਵੈਸੇ ਹੀ ਇੱਕ ਦਿਨ ਰੱਖ ਕੇ ਤੁਹਾਨੂੰ ਉੱਥੋਂ ਵਾਪਸ ਕਿਸੇ ਸਿਟੀ ਦੇ ਵਿੱਚ ਜੋ ਕਿ ਨਜ਼ਦੀਕ ਹੈ ਪੁਲਿਸ ਸਟੇਸ਼ਨ ਦੇ, ਉੱਥੇ ਉਹ ਛੱਡ ਦੇਣਗੇ। ਅਤੇ ਇਹਦੇ ਵਿੱਚ ਇੱਕ ਗੱਲ ਹੋਰ, ਸਰਬੀਆ ਦੇ ਵਿੱਚ ਕਈ ਇਹੋ ਜਿਹੇ ਏਰੀਏ ਹੈਗੇ ਆ ਕਿ ਜਿੱਥੋਂ ਤੁਸੀਂ ਫੜੇ ਜਾਵੋ ਅਤੇ ਉੱਥੋਂ ਉਹ ਫੜ ਕੇ ਤੁਹਾਡੇ ਫਿੰਗਰ ਜ਼ਰੂਰ ਲੈਂਦੇ ਆ, ਬਟ ਜ਼ਿਆਦਾਤਰ ਸਰਬੀਆ ਦੇ ਵਿੱਚ ਇਹੀ ਹੁੰਦਾ ਵਾ ਕਿ ਜੇਕਰ ਤੁਹਾਨੂੰ ਦੂਜੀ ਕੰਟਰੀ ਤੋਂ ਕਿਸੇ ਤੋਂ ਡਿਪੋਰਟ ਵੀ ਕਰਦੇ ਆ, ਵਾਪਸ ਸਰਬੀਆ ਦੇ ਹਵਾਲੇ ਕਰਦੇ ਆ, ਅਤੇ ਸਰਬੀਆ ਵਾਲੇ ਫੜ ਕੇ ਤੁਹਾਨੂੰ ਵੈਸੇ ਹੀ ਛੱਡ ਦਿੰਦੇ ਆ, ਜ਼ਿਆਦਾਤਰ ਉਹ ਫਿੰਗਰ ਨਹੀਂ ਲੈਂਦੇ ਕਿਸੇ ਹਾਲਾਤਾਂ ਦੇ ਵਿੱਚ, ਜਾਂ ਫਿਰ ਕੋਈ ਖਾਸ ਏਰੀਆ ਜਿਹੜਾ ਹੁੰਦਾ ਵਾ ਜਿੱਥੋਂ ਉਹ ਫੜ ਕੇ ਜਿਹੜਾ ਵਾ ਤੁਹਾਡੇ ਫਿੰਗਰ ਲੈ ਕੇ ਅਤੇ ਤੁਹਾਨੂੰ ਇੱਕ ਦਿਨ ਰੱਖ ਕੇ ਫਿਰ ਉਹ ਛੱਡਦੇ ਆ ਸਰਬੀਆ ਦੇ ਵਿੱਚ, ਨਹੀਂ ਤਾਂ ਵੈਸੇ ਜਿਹੜਾ ਵਾ ਨਹੀਂ ਛੱਡਦੇ। ਇਹ ਤਾਂ ਸੀ ਕੁਝ ਖਾਸ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੇਣੀ ਸੀ, ਅਤੇ ਕਿਉਂਕਿ ਕਾਫੀ ਵੀਰਾਂ ਦੇ ਕਮੈਂਟ ਆ ਰਹੇ ਸੀ ਸਰਬੀਆ ਦੇ ਰਿਲੇਟਿਡ, ਇਹਦੇ ਬਾਰੇ ਦੱਸੋ, ਸੋ ਆਪਾਂ ਸੋਚਿਆ ਕਿ ਇਹਦੇ ਬਾਰੇ ਇੱਕ ਵੀਡੀਓ ਬਣਾ ਕੇ ਪੂਰੀ ਆਪਾਂ ਡਿਟੇਲ ਜਿਹੜੀ ਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੀ ਹਿਸਾਬ ਕਿਤਾਬ ਆ ਉੱਥੋਂ ਦਾ। ਅਤੇ ਹਾਂਜੀ, ਨੈਕਸਟ ਜੇਕਰ ਤੁਸੀਂ ਕਿਸੇ ਆਇਡੈਂਟੀ ਦੇ ਨਾਲ ਹੰਗਰੀ ਦੇ ਵਿੱਚ ਜਾਂ ਰੁਮਾਨੀਆ ਦੇ ਵਿੱਚ ਫੜੇ ਜਾਂਦੇ, ਉਹਦੇ 'ਤੇ ਵੀਡੀਓ ਆਪਾਂ ਨਵੀਂ ਬਣਾਵਾਂਗੇ। ਜੇਕਰ ਕਿਸੇ ਵੀਰ ਨੂੰ ਵੀਡੀਓ ਚਾਹੀਦੀ ਹੈ, ਉਹ ਥੱਲੇ ਵੀਡੀਓ ਦੇ ਕਮੈਂਟ ਕਰੇ, ਆਪਾਂ ਉਹਦੇ ਰਿਲੇਟਡ ਅੱਗੇ ਜਾ ਕੇ ਉਹ ਵੀਡੀਓ ਆਪਾਂ ਬਣਾਵਾਂਗੇ ਕਿ ਤੁਹਾਨੂੰ ਆਇਡੈਂਟੀ ਜਿਹੜੀ ਆ ਕੋਲ ਰੱਖਣੀ ਚਾਹੀਦੀ ਹੈ ਬਾਰਡਰ ਕ੍ਰੋਸ ਕਰਦੇ ਸਮੇਂ ਜਾਂ ਨਹੀਂ ਰੱਖਣੀ ਚਾਹੀਦੀ, ਕਿਹੜੀਆਂ ਕਿਹੜੀਆਂ ਕੰਟਰੀਆਂ ਤੁਹਾਨੂੰ ਅੱਗੋਂ ਡਿਪੋਰਟ ਕਰ ਸਕਦੀਆਂ ਜੇਕਰ ਤੁਹਾਡੇ ਕੋਲ ਆਇਡੈਂਟੀ ਕੋਈ ਹੋਵੇ। ਅਤੇ ਚੈਨਲ 'ਤੇ ਬਣੇ ਰਹੋ, ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੀ ਇਨਫੋਰਮੇਸ਼ਨ ਆ ਹਰ ਇੱਕ ਤੱਕ ਅੱਗੇ ਪਹੁੰਚ ਸਕੇ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਫੇਸਬੁੱਕ ਪੇਜ, ਵਟਸਐਪ ਗਰੁੱਪ ਦਿੱਤਾ ਵਾ ਅਤੇ ਇੰਸਟਾਗ੍ਰਾਮ ਆਈਡੀ ਵੀ ਆਪਣੀ ਦਿੱਤੀ ਹੈ। ਜੇ ਕਿਸੇ ਨੇ ਕੋਈ ਪਰਸਨਲ ਕੁਐਸਚਨ ਕਰਨਾ ਵਾ ਤਾਂ ਉਹ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦਾ ਵਾ। ਇੰਸਟਾਗ੍ਰਾਮ 'ਤੇ ਵੀ ਜ਼ਰੂਰ ਆਓ, ਫੋਲੋ ਕਰੋ, ਵਟਸਐਪ ਗਰੁੱਪ ਜੁਆਇਨ ਕਰੋ ਅਤੇ ਨਾਲ ਹੀ ਟੈਲੀਗ੍ਰਾਮ ਦਾ ਗਰੁੱਪ ਆ ਉਹਨੂੰ ਵੀ ਜੁਆਇਨ ਜ਼ਰੂਰ ਕਰਿਓ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।